ਵਰੁਣ ਕੁਮਾਰ ਕਾਂਸਲ, ਜਨਰਲ ਸਕੱਤਰ ਯੂਥ ਅਕਾਲੀ ਦਲ ਪੰਜਾਬ ਹਲਕੇ ਸ਼ਤਰਾਣੇ ਤੋਂ। ਮੈਂ ਆਪਣੇ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਨੂੰ, ਸਮੁੱਚੇ ਦੇਸ਼ ਵਾਸੀਆਂ ਨੂੰ ਅਤੇ ਸਮੁੱਚੇ ਹਲਕੇ ਸ਼ਤਰਾਣੇ ਦੇ ਨਿਵਾਸੀਆਂ ਨੂੰ ਦੀਵਾਲੀ ਦੀਆਂ, ਵਿਸ਼ਕਰਮਾ ਡੇ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰਾ ਇਹ ਪੰਜਾਬ ਅਤੇ ਸਾਰੇ ਦੇਸ਼ ਵਾਸੀ ਹੱਸਦੇ ਵੱਸਦੇ ਰਹਿਣ। ਅਤੇ ਯੂਥ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਮੰਦਰਾਂ, ਗੁਰੂ ਘਰ 'ਚ ਦੀਵੇ ਚਲਾਉਣ ਦੀ ਥਾਂ ਆਪਣੇ ਮਨਾਂ ਦੇ ਵਿੱਚ, ਆਪਣੇ ਦਿਲ ਦੇ ਵਿੱਚ ਭਾਈਚਾਰਕ ਸਾਂਝ ਅਤੇ ਪਿਆਰ ਦੇ ਦੀਵੇ ਜਲਾਓ ਤਾਂ ਜੋ ਆਪਾਂ ਸੱਚੀ ਦੀਵਾਲੀ ਮਨਾ ਸਕੀਏ। ਹੋਟਲਾਂ ਦੇ ਵਿੱਚ ਜਾ ਕੇ ਦਾਰੂਆਂ ਪੀਣ ਨਾਲੋਂ ਆਪਾਂ ਗਰੀਬ ਬੱਚਿਆਂ ਦੀ ਦੇ ਨਾਲ ਜਾ ਕੇ ਦੀਵਾਲੀ ਮਨਾਈਏ ਅਤੇ ਉਹਨਾਂ ਦੀ ਮਦਦ ਕਰੀਏ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ। ਇੰਨਾ ਕਹਿੰਦਾ ਹੋਇਆ ਸਾਰਿਆਂ ਨੂੰ ਦੁਬਾਰਾ ਫਿਰ ਤੋਂ ਬਹੁਤ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।